ਦੇ ਵਿਸਤਾਰ ਵਿੱਚ ਸਭ ਤੋਂ ਵੱਡੀ ਖਬਰ ਲੁਧਿਆਣਾ ਤੋਂ ਆ ਰਹੀ ਹੈ। ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਿਛਲੇ 11 ਦਿਨਾਂ ਦੇ ਵਿੱਚ 4 ਮੌਤਾਂ ਹੋ ਚੁੱਕੀਆਂ ਨੇ। ਡਿਲੀਵਰੀ ਤੋਂ ਬਾਅਦ ਇੱਕ ਹੋਰ ਔਰਤ ਦੀ ਮੌਤ ਦੀ ਖਬਰ ਹੁਣੇ-ਹੁਣੇ ਆਈ ਹੈ। ਬੀਤੇ 11 ਦਿਨਾਂ ਦੇ ਵਿੱਚ 4ਵੀਂ ਮੌਤ ਹੋਈ ਹੈ। ਦੱਸ ਦਈਏ ਕਿ ਲਗਾਤਾਰ ਹੋ ਰਹੀਆਂ ਮੌਤਾਂ ਕਰਕੇ ਹਸਪਤਾਲ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿੱਚ ਹੈ। ਇਸੇ ਮਾਮਲੇ ਲਈ ਸਿਹਤ ਮੰਤਰੀ ਸੁਰਜੀਤ ਜਿਆਣੀ ਨੇ ਜਾਂਚ ਦੇ ਲਈ 3 ਮੈਂਬਰੀ ਕਮੇਟੀ ਵੀ ਬਣਾ ਦਿੱਤੀ ਹੈ, ਜਿਸ ਨੂੰ 4 ਦਿਨਾਂ ਦੇ ਅੰਦਰ ਰਿਪੋਰਟ ਸੌਂਪਣ ਨੂੰ ਕਿਹਾ ਹੈ। ਉਧਰ ਮ੍ਰਿਤਕ ਔਰਤਾਂ ਦੇ ਪਰਿਵਾਰ ਵਾਲਿਆਂ ਨੇ ਇਨਸਾਫ਼ ਦੀ ਮੰਗ ਕੀਤੀ ਹੈ, ਨਾਲ ਹੀ ਹਸਪਤਾਲ ਦੇ ਅੰਦਰ ਪ੍ਰਬੰਧਾਂ ਤੇ ਸਵਾਲ ਖੜੇ ਕੀਤੇ ਨੇ। ਹਸਪਤਾਲ ਪ੍ਰਸ਼ਾਸਨ ਦੀ ਦਲੀਲ ਹੈ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਸਥਿਤੀ ਸਪਸ਼ਟ ਹੋਵੇਗੀ। ਸੋ ਵੱਡੀ ਖਬਰ ਹੈ ਲੁਧਿਆਣੇ ਤੋਂ, ਜਿੱਥੇ ਡਿਲੀਵਰੀ ਤੋਂ ਬਾਅਦ ਇੱਕ ਹੋਰ ਔਰਤ ਦੀ ਮੌਤ ਹੋ ਗਈ ਹੈ। ਇੰਜੈਕਸ਼ਨ ਲੱਗਣ ਦੇ ਕਾਰਨ ਮੌਤ ਹੋ ਗਈ ਹੈ। ਜ਼ਿਆਦਾ ਜਾਣਕਾਰੀ ਲਈ ਨਵੀਨ ਸ਼ਰਮਾ ਮੇਰੇ ਸਹਿਯੋਗੀ ਫੋਨ ਲਾਈਨ ਤੇ ਮੌਜੂਦ ਨੇ। ਜੀ ਨਵੀਨ, ਜਾਣਕਾਰੀ ਲੈਣਾ ਚਾਹਾਂਗੇ ਕਿ ਲਗਾਤਾਰ ਮੌਤਾਂ ਹੋ ਰਹੀਆਂ ਨੇ, ਕਿਉਂ ਨਹੀਂ ਸਥਿਤੀ ਤੇ ਕਾਬੂ ਪਾ ਲਿਆ ਜਾਂਦਾ, ਕਮੇਟੀ ਬਣਾ ਦਿੱਤੀ ਗਈ ਹੈ, ਤੁਰੰਤ ਐਕਸ਼ਨ ਕਿਉਂ ਨਹੀਂ ਲਿਆ ਜਾ ਰਿਹਾ? ਬਿਲਕੁਲ ਹਰਚਰਨ, ਮੌਤਾਂ ਤੇ ਕਾਬੂ ਨਹੀਂ ਪਾਇਆ ਜਾ ਰਿਹਾ ਔਰ ਲਗਾਤਾਰ 4 ਮੌਤਾਂ ਹੋ ਚੁੱਕੀਆਂ ਨੇ। ਜਿਹੜਾ ਸਿਹਤ ਵਿਭਾਗ ਹੈ ਉਹ ਜਾਂਚ ਦੀ ਜਿਹੜੀ ਕਹਿ ਕੇ ਆਪਣੇ ਤੋਂ ਪੱਲਾ ਝਾੜ ਰਿਹਾ, ਪਰ ਕਿਧਰੇ ਨਾ ਕਿਧਰੇ ਹਸਪਤਾਲ ਦੀ ਲਾਪਰਵਾਹੀ ਹੈ ਸਾਹਮਣੇ ਆ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਇਸਦਾ ਖੁਲਾਸਾ ਹੋਏਗਾ। ਪਰ ਇੱਕ ਗੱਲ ਜ਼ਰੂਰ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੇ ਔਰਤਾਂ, ਲਗਾਤਾਰ 4 ਔਰਤਾਂ ਦੀ ਮੌਤ ਹੋ ਚੁੱਕੀ ਹੈ। ਕੱਲ੍ਹ ਵੀ ਜਿਹੜੀ ਇੱਕ ਔਰਤ ਦੀ ਮੌਤ ਹੋਈ ਹੈ, ਡਿਲੀਵਰੀ ਦੇ ਦੌਰਾਨ ਉਸਦੇ ਗਰਭ ਦੇ ਅੰਦਰ ਹੀ ਬੱਚੇ ਦੀ ਡੈਥ ਹੋ ਗਈ ਸੀ। ਸੋ ਇਹ ਸਾਰੀਆਂ ਜਿਹੜੀਆਂ 4 ਮੌਤਾਂ ਹੋਈਆਂ ਨੇ, ਜਿਹੜਾ ਸਿਹਤ ਵਿਭਾਗ ਹੈ ਉਹਨੇ ਆਪਣੀ ਜਾਂਚ ਕਮੇਟੀ ਬਿਠਾ ਦਿੱਤੀ ਹੈ ਕਿ ਇਹਨਾਂ ਦਾ ਪੋਸਟਮਾਰਟਮ ਹੋਏਗਾ। ਪੋਸਟਮਾਰਟਮ ਤੋਂ ਬਾਅਦ ਜਿਹੜੀ ਰਿਪੋਰਟ ਆਏਗੀ ਸਾਹਮਣੇ, ਉਸ ਤੋਂ ਬਾਅਦ ਇਹ ਜਾਂਚ ਦਾ ਖੁਲਾਸਾ ਹੋਏਗਾ। ਪਰ ਕਈ ਮਹੀਨੇ ਪਹਿਲੇ ਵੀ ਇਸੇ ਹਸਪਤਾਲ ਦੇ ਵਿੱਚ 5 ਨਵਜਨਮੇ ਬੱਚਿਆਂ ਦੀ ਮੌਤ ਦਾ ਮਾਮਲਾ ਕਾਫੀ ਭਖਿਆ ਸੀ, ਪਰ ਉਦੋਂ ਵੀ ਲਾਪਰਵਾਹੀ ਹੋਈ ਸੀ, ਇੱਕ ਡਾਕਟਰ ਨੂੰ ਸਸਪੈਂਡ ਕੀਤਾ ਗਿਆ ਸੀ। ਇਸ ਪੂਰੇ ਮਾਮਲੇ ਦੇ ਵਿੱਚ ਕਿਹੜੇ ਡਾਕਟਰ ਦੇ ਉੱਤੇ ਗਾਜ ਗਿਰਦੀ ਹੈ, ਕਿਹਨੂੰ ਸਸਪੈਂਡ ਕੀਤਾ ਜਾਂਦਾ, ਹਜੇ ਜਾਂਚ ਤੋਂ ਬਾਅਦ ਹੀ ਇਸ ਦਾ ਖੁਲਾਸਾ ਹੋਏਗਾ। ਜੀ ਜੀ ਬਿਲਕੁਲ ਨਵੀਨ, ਜਾਂਚ ਦਾ ਭਰੋਸਾ ਦੇ ਦਿੱਤਾ ਗਿਆ, ਪਰ ਇੱਕ ਵੱਡਾ ਸਵਾਲ ਇਹੀ ਉੱਠਦਾ ਹੈ ਕਿ ਆਖਿਰਕਾਰ ਕੱਲ ਵੀ ਇੱਕ ਮੌਤ ਹੋਈ, ਉਸ ਤੋਂ ਬਾਅਦ ਅੱਜ ਫੇਰ ਮੌਤ ਹੋ ਜਾਂਦੀ ਹੈ, ਕਿ ਇੰਨਾ ਲਾਪਰਵਾਹ ਹਸਪਤਾਲ ਦਾ ਪ੍ਰਸ਼ਾਸਨ, ਕਿਤੋਂ ਨਾ ਕਿਤੋਂ ਕੋਈ ਸੁਰਾਗ ਨਹੀਂ ਮਿਲ ਰਿਹਾ ਕਿ ਕਿੱਥੇ ਗਲਤੀ ਹੋ ਰਹੀ ਹੈ? ਦੇਖੋ ਹਰਚਰਨ, ਇਹ ਜਿਹੜੀਆਂ ਲਗਾਤਾਰ ਮੌਤਾਂ ਹੋ ਰਹੀਆਂ ਨੇ, ਇਹ ਜਿਹੜੀਆਂ ਔਰਤਾਂ ਸੀ ਇਹਨਾਂ ਨੂੰ CMC ਦੇ ਵਿੱਚ ਰੈਫਰ ਕੀਤਾ ਗਿਆ ਹੈ ਲਗਾਤਾਰ, ਕਿਉਂਕਿ ਜਦੋਂ ਇੰਜੈਕਸ਼ਨ ਲੱਗੇ ਸੀ ਇਹਨਾਂ ਦੇ, ਇੰਜੈਕਸ਼ਨ ਲਗਾਏ ਸੀ ਡਿਲੀਵਰੀ ਦੇ ਦੌਰਾਨ, ਜਦੋਂ ਇਹ ਹਸਪਤਾਲ ਦੇ ਵਿੱਚ 27 ਤਰੀਕ ਨੂੰ ਆਈਆਂ ਸੀ। ਅੰਮ੍ਰਿਤਾ ਤੇ ਸੁਜਾਤਾ ਜਿਹੜੇ ਹੁਣ 2 ਡੈਥ ਹੋ ਚੁੱਕੀ ਹੈ, ਇੱਕ ਰਾਤੀ ਇੱਕ ਡੈਥ ਹੋਈ ਹੈ ਮੋਤੀਹਾਰੀ ਦੀ, ਤੇ ਉਸ ਤੋਂ ਪਹਿਲੇ ਰੂਬੀ ਜਿਹੜੀ 22 ਤਰੀਕ ਡੈਥ ਹੋਈ ਹੈ। ਟੋਟਲ 4 ਮੌਤਾਂ ਨੇ, ਇਹਨਾਂ ਨੂੰ CMC ਦੇ ਵਿੱਚ ਰੈਫਰ ਕੀਤਾ ਗਿਆ ਸੀ ਜਿੱਥੇ ਇਹਨਾਂ ਦਾ ਇਲਾਜ ਚੱਲ ਰਿਹਾ ਸੀ। ਸੋ ਲਗਾਤਾਰ ਇਹਨਾਂ ਦੀ ਜਿਹੜੀ ਆ ਹੁਣ ਇਹ ਇੱਕ ਇੱਕ ਕਰਕੇ ਜਿਹੜੀ ਮੌਤ ਹੋ ਚੁੱਕੀ ਹੈ, ਉਸ ਤੋਂ ਬਾਅਦ ਜਿਹੜਾ ਸਾਰੇ ਸਵਾਲ ਖੜੇ ਹੋ ਗਏ ਨੇ ਲੁਧਿਆਣੇ ਦੇ ਸਰਕਾਰੀ ਸਿਵਲ ਹਸਪਤਾਲ ਦੇ ਉੱਤੇ, ਜੱਟਾ ਬੱਚਾ ਦੇ ਉੱਤੇ। ਸੋ ਜਿਹੜੇ ਸਿਹਤ ਮੰਤਰੀ ਨੇ ਉਹਨਾਂ ਨੇ ਜਾਂਚ ਕਮੇਟੀ ਬਿਠਾ ਦਿੱਤੀ ਹੈ 3 ਮੈਂਬਰੀ, ਹੁਣ ਜਾਂਚ ਤੋਂ ਬਾਅਦ ਹੀ ਇਸਦਾ ਖੁਲਾਸਾ ਹੋਏਗਾ, ਕਿਉਂਕਿ ਜਿਹੜੇ ਇੰਜੈਕਸ਼ਨ ਲੱਗੇ ਨੇ, ਜਿਹੜਾ ਲੁਧਿਆਣੇ ਦਾ ਸਿਵਲ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਕਿ ਡਿਕਲੋਵਿਨ ਦਾ ਇੰਜੈਕਸ਼ਨ ਯੂਜ਼ ਕੀਤਾ ਗਿਆ, ਪਰ ਕਿਧਰੇ ਨਾ ਕਿਧਰੇ ਇਹ ਜ਼ਰੂਰ ਜਾਪਦਾ ਕਿ ਉਹ ਇੰਜੈਕਸ਼ਨ ਕਿਧਰੇ ਐਕਸਪਾਇਰ ਤਾਂ ਨਹੀਂ ਸੀ। ਜੀ ਜੀ ਬਿਲਕੁਲ ਨਵੀਨ, ਪੂਰੀ ਜਾਂਚ ਤੋਂ ਬਾਅਦ ਇਸ ਨੂੰ ਪਤਾ ਚੱਲ ਪਾਏਗਾ ਕਿ ਆਖਿਰਕਾਰ ਗਲਤੀ ਕਿੱਥੇ ਹੋਈ ਹੈ, ਪਰ ਲਾਪਰਵਾਹੀ ਬਹੁਤ ਵੱਡੀ ਹੈ ਹਸਪਤਾਲ ਪ੍ਰਸ਼ਾਸਨ ਦੀ। ਇੱਕ ਤੋਂ ਬਾਅਦ ਇੱਕ ਲਗਾਤਾਰ 10 ਦਿਨਾਂ ਦੇ ਅੰਦਰ 4 ਮੌਤਾਂ ਹੋਈਆਂ ਨੇ। ਅੱਗੇ ਵਧਦੇ ਹਾਂ। ਪੰਜਾਬ ਹਰਿਆਣਾ ਹਾਈਕੋਰਟ ਨੇ ਡਰੱਗਸ ਮਾਮਲੇ ਵਿੱਚ ਅੱਜ ਤਿੱਖੀ ਟਿੱਪਣੀ ਕੀਤੀ ਹੈ, ਨਾਲ ਹੀ ਨਾਲ ਪੰਜਾਬ ਸਰਕਾਰ ਨੂੰ ਕਰੜੀ ਫਟਕਾਰ ਵੀ ਲਾਈ ਹੈ। ਹਾਈਕੋਰਟ ਨੇ ਕਿਹਾ ਕਿ ਆਖਿਰ ਕਿਉਂ ਪੰਜਾਬ ਸਰਕਾਰ ਨਸ਼ੇ ਦੀਆਂ ਗੈਰ ਕਾਨੂੰਨੀ ਦੁਕਾਨਾਂ ਤੇ ਰੋਕ ਲਾਉਣ ਵਿੱਚ ਨਾਕਾਮ ਹੋ ਰਹੀ ਹੈ। ਕੋਰਟ ਨੇ ਕਿਹਾ ਕਿ ਜਦੋਂ ਨਕਲੀ ਕਰੰਸੀ ਦੇ ਮਾਮਲਿਆਂ ਵਿੱਚ ਜਲਦ ਕਾਰਵਾਈ ਕੀਤੀ ਜਾਂਦੀ ਹੈ, ਤਾਂ ਨਸ਼ੇ ਦੀਆਂ ਦੁਕਾਨਾਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ? ਇਸ ਦੇ ਨਾਲ ਹੀ ਹਾਈਕੋਰਟ ਨੇ ਕਿਹਾ ਕਿ CBI ਤੇ ਪੰਜਾਬ ਪੁਲਿਸ ਤਾਲਮੇਲ ਨਾਲ ਕੰਮ ਕਰੇ, ਨਾਲ ਹੀ ਸਿਹਤ ਮਹਿਕਮਾ ਤੇ ਪੰਜਾਬ ਪੁਲਿਸ ਨੂੰ ਵੀ ਤਾਲਮੇਲ ਨਾਲ ਕੰਮ ਕਰਨ ਦੀ ਹਦਾਇਤ ਦਿੱਤੀ ਹੈ ਪੰਜਾਬ ਹਰਿਆਣਾ ਹਾਈਕੋਰਟ ਨੇ। ਅਦਾਲਤ ਨੇ ਰੈੱਡ ਕਾਰਨਰ ਨੋਟਿਸ ਜਾਰੀ ਹੋਣ ਵਾਲਿਆਂ ਦੇ ਲੋਕੇਸ਼ਨ ਸਰਚ ਕਰਨ ਦੇ ਹੁਕਮ ਜਾਰੀ ਕੀਤੇ ਨੇ, ਨਾਲ ਹੀ ਲੋਕੇਸ਼ਨ ਦੀ ਜਾਣਕਾਰੀ ਵਿਦੇਸ਼ ਮੰਤਰਾਲੇ ਨੂੰ ਦੇਣ ਦੇ ਹੁਕਮ ਵੀ ਦਿੱਤੇ ਨੇ। ਸੋ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਾਈ ਹੈ ਨਸ਼ਿਆਂ ਦੇ ਮੁੱਦੇ ਤੇ, ਡਰੱਗਸ ਮਾਮਲੇ ਤੇ, ਕਿ ਨਸ਼ੇ ਦੀਆਂ ਦੁਕਾਨਾਂ ਸੂਬੇ ਵਿੱਚੋਂ ਆਖਿਰ ਬੰਦ ਕਿਉਂ ਨਹੀਂ ਹੋ ਰਹੀਆਂ, ਜਦੋਂ ਕਿ ਨਕਲੀ ਕਰੰਸੀ ਦੇ ਮਾਮਲੇ ਵਿੱਚ ਕਾਰਵਾਈ ਸਖਤੀ ਨਾਲ ਕੀਤੀ ਜਾਂਦੀ ਹੈ, ਤੁਰੰਤ ਕੀਤੀ ਜਾਂਦੀ ਹੈ, ਤੇ ਨਸ਼ਿਆਂ ਦੇ ਮੁੱਦੇ ਤੇ ਕਿਉਂ ਨਹੀਂ? ਜ਼ਿਆਦਾ ਜਾਣਕਾਰੀ ਲਈ ਨੇਹਾ ਸਲਾਰੀਆ ਮੇਰੀ ਸਹਿਯੋਗੀ ਚੰਡੀਗੜ੍ਹ ਤੋਂ ਸਾਡੇ ਨਾਲ ਜੁੜ ਚੁੱਕੀ ਹੈ। ਜੀ ਨੇਹਾ, ਹਾਈਕੋਰਟ ਨੇ ਫਟਕਾਰ ਲਾਈ ਹੈ ਪੰਜਾਬ ਸਰਕਾਰ ਨੂੰ, ਵੱਡਾ ਸਵਾਲ ਇਹੀ ਬਣਦਾ ਹੈ ਕਿ ਇਸ ਫਟਕਾਰ ਦਾ ਕੋਈ ਅਸਰ ਹੋਣ ਵਾਲਾ ਹੈ, ਕਿਉਂਕਿ ਪਿਛਲੀ ਸੁਣਵਾਈ ਦੇ ਵਿੱਚ ਵੀ ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਪੁਲਿਸ ਤੇ CBI ਨੂੰ ਤਾਲਮੇਲ ਬਣਾ ਕੇ ਚੱਲਣ ਦੀ ਗੱਲ ਕੀਤੀ ਹੈ, ਇਸ ਵਾਰ ਫਿਰ ਹਾਈਕੋਰਟ ਨੇ ਦੁਹਰਾਈ ਹੈ। ਜੀ ਬਿਲਕੁਲ ਹਰਸ਼ਰਨ, ਇੰਟਰਨੈਸ਼ਨਲ ਡਰੱਗ ਰੈਕਟ ਕੇਸ ਜਿਹੜਾ ਹੈਗਾ ਬਹੁਤ ਹੀ ਇੱਕ
ਵੱਡਾ ਕੇਸ ਬਣਦਾ ਜਾ ਚੁੱਕਿਆ ਹੈਗਾ ਔਰ ਹੁਣੇ ਫਿਲਹਾਲ ਅਗਰ ਅੱਜ ਦੇ ਕੇਸ ਦੀ ਗੱਲ ਕਰੀਏ ਤਾਂ ਤਿੰਨ ਚਾਰ ਹਿੱਸਿਆਂ ਦੇ ਵਿੱਚ ਇਸ ਕੇਸ ਨੂੰ ਵੰਡਿਆ ਜਾ ਸਕਦਾ ਹੈਗਾ ਅਗਰ ਪਹਿਲੇ ਮੁੱਦੇ ਦੀ ਗੱਲ ਕਰੀਏ ਹਰਸ਼ਰਨ ਤਾਂ ਜਿਸ ਤਰੀਕੇ ਨਾਲ ਪੂਰੇ ਪੰਜਾਬ ਦੇ ਵਿੱਚ ਕੈਮਿਸਟ ਸ਼ਾਪਸ ਖੁੱਲੀਆਂ ਹੋਈਆਂ ਨੇ ਬਗੈਰ ਲਾਇਸੈਂਸ ਦੇ ਤੇ ਹਾਈ ਕੋਰਟ ਨੇ ਇੱਕ ਕੜੀ ਫਟਕਾਰ ਜ਼ਰੂਰ ਲਗਾਈ ਹੈਗੀ ਹੈ ਕਿ ਕਿਉਂ ਹੁਣੇ ਤੱਕ ਇਹ ਲਾਇਸੈਂਸ ਦਿੱਤੇ ਗਏ ਹੈਗੇ ਇਹਨਾਂ ਨੂੰ ਔਰ ਹੁਣੇ ਤੱਕ ਕਾਫੀ ਕੁਝ ਕਰਨ ਦੇ ਬਾਵਜੂਦ ਜਿਹੜਾ ਹੈਗਾ ਇੱਥੇ ਜਿਹੜਾ ਫਾਰਮਾਸਿਊਟੀਕਲ ਡਰੱਗਸ ਹੈਗਾ ਕਿਸ ਤਰੀਕੇ ਦੇ ਨਾਲ ਧੜੱਲੇ ਨਾਲ ਵਿਕਰਿਆ ਹੈਗਾ ਔਰ ਹੁਣੇ ਤੱਕ ਨਕੇਲ ਕਿਉਂ ਨਹੀਂ ਕਸੀ ਗਈ ਹੈਗੀ ਤੇ ਇਸੇ ਪੰਜਾਬ ਸਰਕਾਰ ਨੇ ਸਾਫ਼ ਕਿਹਾ ਸੀ ਕਿ ਕੁਝ ਲੋਜ਼ ਅਜਿਹੇ ਹੈਗੇ ਨੇ ਜਿਸ ਦੇ ਵਿੱਚ ਉਹਨਾਂ ਦਾ ਕੋਈ ਕੰਟਰੋਲ ਨਹੀਂ ਹੈਗਾ ਉਹ ਕੇਂਦਰ ਸਰਕਾਰ ਜਿਹੜੀ ਹੈਗੀ ਆ ਉਸ ਦੇ ਜ਼ਿੰਮੇਵਾਰੀ ਬੰਦੀ ਹੈਗੀ ਹੈ ਤੇ ਹਾਈ ਕੋਰਟ ਨੇ ਫਿਰ ਉਸ ਤੋਂ ਬਾਅਦ ਹਰਸ਼ਰ ਨੇ ਪੁੱਛਿਆ ਕਿ ਤੁਸੀਂ ਇਹ ਦੱਸੋ ਕਿ ਕੇਂਦਰ ਸਰਕਾਰ ਨੂੰ ਕਿੰਨੀ ਵਾਰੀ ਜਿਹੜਾ ਲੈਟਰ ਲਿਖ ਚੁੱਕੇ ਹੈਗੇ ਹੋ ਕਿ ਤੁਹਾਨੂੰ ਕੇਂਦਰ ਦੀ ਸਹਾਇਤਾ ਦੀ ਲੋੜ ਹੈਗੀ ਹੈ ਜਿਸ ਦਾ ਪੰਜਾਬ ਸਰਕਾਰ ਕੋਲ ਕੋਈ ਜਵਾਬ ਨਹੀਂ ਸੀ ਔਰ ਹਾਈ ਕੋਰਟ ਨੇ ਪੰਜਾਬ ਪੁਲਿਸ ਸੇ ਵੀ ਕੜੀ ਟਿੱਪਣੀ ਕੀਤੀ ਹੈਗੀ ਹੈ ਕਿ ਪੰਜਾਬ ਪੁਲਿਸ ਤਾਂ ਹੀ ਕੋਈ ਕੰਮ ਨਹੀਂ ਕਰਦੀ ਇਸ ਦੇ ਉੱਤੇ ਨਕੇਲ ਨਹੀਂ ਕਸਣਾ ਚਾਹੁੰਦੀ ਕਿਉਂਕਿ ਪੰਜਾਬ ਪੁਲਿਸ ਨੇ ਵੀ ਆਪਣਾ ਇੱਕ ਅਲੱਗ ਤੋਂ ਸਾਮਰਾਜ ਖੜਾ ਕੀਤਾ ਹੋਇਆ ਇਸੇ ਕਾਰਨ ਇਹਨਾਂ ਮੁੱਦਿਆਂ ਦੇ ਉੱਤੇ ਕੋਈ ਸਖਤੀ ਨਹੀਂ ਦਿਖਾਈ ਜਾ ਰਹੀ ਔਰ ਇਸੇ ਕਾਰਨ ਅੱਜ ਫਟਕਾਰ ਲਗਾਈ ਗਈ ਹੈ ਹਰਸ਼ਰਨ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਨੂੰ ਔਰ ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਨੇ ਕਿ ਸਭ ਚਾਹੇ ਉਹ ਡਰੱਗ ਕੰਟਰੋਲਰਸ ਹੋਣ ਚਾਹੇ ਉਹ ਪੰਜਾਬ ਪੁਲਿਸ ਹੋਏ ਉਹ ਸਾਰੇ ਤਾਲਮੇਲ ਦੇ ਨਾਲ ਕੰਮ ਕਰਨ ਕਿਉਂਕਿ ਜੋ ਫਾਰਮਾਸਿਊਟੀਕਲ ਨਸ਼ਾ ਹੈਗਾ ਉਹ ਹਰ ਕੋਈ ਆਸਾਨੀ ਦੇ ਨਾਲ ਖਰੀਦ ਸਕਦਾ ਹੈਗਾ ਕਿਉਂਕਿ ਹਰ ਜਗ੍ਹਾ ਅਵੇਲੇਬਲ ਹੈਗਾ ਇਸੇ ਕਾਰਨ ਹਾਈ ਕੋਰਟ ਨੇ ਅੱਜ ਕੜੀ ਫਟਕਾਰ ਲਗਾਈ ਜੀ ਬਿਲਕੁਲ ਨੇਹਾ ਜੀ ਬਿਲਕੁਲ ਨੇਹਾ ਅਦਾਲਤ ਦੀ ਕਾਰਵਾਈ ਹੋਈ ਹੈ ਅਦਾਲਤ ਨੇ ਸਵਾਲ ਪੁੱਛਿਆ ਕਿ ਆਖਿਰ ਕਿਉਂ ਨਹੀਂ ਦੁਕਾਨਾਂ ਬੰਦ ਕੀਤੀਆਂ ਜਾਂਦੀਆਂ ਨਸ਼ੇ ਦੀਆਂ ਸਰਕਾਰ ਕਿਉਂ ਲੇਟ ਹੋ ਰਹੀ ਹੈ ਤਾਂ ਅਗਲੀ ਸੁਣਵਾਈ ਕਦੋਂ ਹੋਵੇਗੀ ਕਦੋਂ ਸਰਕਾਰ ਆਪਣਾ ਜਵਾਬ ਦਾਖਿਲ ਕਰੇਗੀ ਕੀ ਜਵਾਬ ਦੇ ਧਿਰ ਵੱਲੋਂ ਕੋਈ ਅੱਗੇ ਜਵਾਬ ਦਿੱਤਾ ਗਿਆ ਅਦਾਲਤੀ ਕਾਰਵਾਈ 'ਚ ਹਰਸ਼ਰਨ ਹੁਣੇ ਫਿਲਹਾਲ ਇਸ ਮਾਮਲੇ ਦੀ ਸੁਣਵਾਈ ਜਿਹੜੀ ਹੈਗੀ ਹੈ ਚੱਲ ਰਹੀ ਹੈ ਔਰ ਤੁਹਾਨੂੰ ਦੱਸ ਦਈਏ ਕਿ 11:30 ਵਜੇ ਦੇ ਕਰੀਬ ਜਿਹੜਾ ਹੈਗਾ ਇਸ ਕੇਸ ਦੀ ਸੁਣਵਾਈ ਸ਼ੁਰੂ ਹੋਈ ਸੀ ਵਿੱਚ 1-2 ਵਜੇ ਤੱਕ ਲੰਚ ਹੈਗਾ ਸੀ ਲੇਕਿਨ ਉਸ ਤੋਂ ਬਾਅਦ ਫਿਰ ਤੋਂ ਸੁਣਵਾਈ ਜਿਹੜੀ ਹੈਗੀ ਲਗਾਤਾਰ ਜਾਰੀ ਹੈ ਔਰ ਨਾਲ ਹੀ ਹਰਸ਼ਰਨ ਅਗਰ ਆਪਾਂ ਇੰਟਰਨੈਸ਼ਨਲ ਡਰੱਗ ਰੈਕਟ ਕੇਸ ਦੀ ਗੱਲ ਕਰੀਏ ਤਾਂ ਅੱਜ ਜੋ CBI ਦੇ ਜੋ DIG ਹੈਗੇ ਨੇ ਉਹ ਖੁਦ ਪੇਸ਼ ਹੋਏ ਸਨ ਔਰ ਉਹਨਾਂ ਨੇ ਕਿਹਾ ਕਿ ਇੰਟਰਪੋਲ ਵੱਲੋਂ ਜਿਹੜਾ ਹੈਗਾ ਰੈੱਡ ਕਾਰਨਰ ਨੋਟਿਸ ਜਾਰੀ ਕੀਤੇ ਜਾ ਚੁੱਕੇ ਨੇ ਡਰੱਗ ਤਸਕਰਾਂ ਨੂੰ ਤੇ ਹਾਈ ਕੋਰਟ ਨੇ ਸਵਾਲ ਪੁੱਛਿਆ ਹੈਗਾ ਕਿ ਸਿਰਫ ਰੈੱਡ ਕਾਰਨਰ ਨੋਟਿਸ ਕਰਨ ਦੇ ਨਾਲ ਕੁਝ ਹੱਥ ਲੱਗੇਗਾ ਵੀ ਜਾਂ ਸਿਰਫ ਸਮੇਂ ਦੀ ਬਰਬਾਦੀ ਹੈਗਾ ਤੇ ਨਾਲ ਹੀ ਫਿਰ ਅੱਜ ਜਵਾਬ ਜਿਹੜਾ ਦਿੱਤਾ ਗਿਆ ਇਹੀ ਦਿੱਤਾ ਗਿਆ ਕਿ ਰੈੱਡ ਕਾਰਨਰ ਨੋਟਿਸ ਜਿਹੜਾ ਹੈਗਾ ਇੱਕ ਇਨੀਸ਼ੀਅਲ ਸਟੈਪ ਹੁੰਦਾ ਕੋਈ ਵੀ ਚੀਜ਼ ਕਰਨ ਦਾ ਔਰ ਇਸ ਦੇ ਵਿੱਚ ਜਿਹੜੀ ਹੈਗੀ ਆ ਕਾਮਯਾਬੀ ਜ਼ਰੂਰ ਮਿਲੇਗੀ ਔਰ ਅੱਜ ਫਿਲਹਾਲ ਹਾਈ ਕੋਰਟ ਨੇ ਨਿਰਦੇਸ਼ ਜਾਰੀ ਕੀਤੇ ਨੇ CBI ਨੂੰ ਨੈਸ਼ਨਲ ਸੈਂਟਰ ਬਿਊਰੋ ਨੂੰ ਔਰ ਪੰਜਾਬ ਪੁਲਿਸ ਦੀ ਜਿਹੜੀ 3 ਮੈਂਬਰੀ SIT ਨੂੰ ਕਿ ਉਹ ਕੋਆਰਡੀਨੇਸ਼ਨ ਦੇ ਨਾਲ ਕੰਮ ਕਰਨ ਔਰ ਨਾਲ ਹੀ ਹਰਸ਼ਰ ਨੇ ਵੀ ਕਿਹਾ ਹੈਗਾ ਕਿ ਤੁਸੀਂ ਜਿਹੜਾ ਹੈਗਾ ਕਿਹੜੀ ਕਿਹੜੀ ਕੰਟਰੀ ਦੇ ਵਿੱਚ ਡਰੱਗ ਤਸਕਰ ਜਿਹੜੇ ਹੈਗੇ ਨੇ ਉਹ ਬੈਠੇ ਹੋਏ ਨੇ ਉਹਨਾਂ ਦੇ ਪ੍ਰੋਵਿਜ਼ਨਲ ਅਰੈਸਟ ਦੇ ਲਈ ਜਿਹੜਾ ਹੈਗਾ ਲੁੱਕਆਊਟ ਨੋਟਿਸ ਜਿਹੜਾ ਹੈਗਾ ਰੈੱਡ ਕਾਰਨਰ ਨੋਟਿਸ ਜਾਰੀ ਕਰੋ ਉਸ ਤੋਂ ਬਾਅਦ ਹਾਈ ਕੋਰਟ ਜਿਹੜਾ ਹੈਗਾ ਵਿਦੇਸ਼ ਮੰਤਰਾਲੇ ਨੂੰ ਨਿਰਦੇਸ਼ ਜਾਰੀ ਕਰੇਗਾ ਕਿ ਉਹਨਾਂ ਨੂੰ ਐਕਸਟਰਾਡਾਈਟ ਇੰਡੀਆ ਦੇ ਵਿੱਚ ਕਿਸ ਤਰੀਕੇ ਨਾਲ ਕੀਤਾ ਜਾਵੇ ਹੁਣੇ ਫਿਲਹਾਲ ਹਰਸ਼ਰਨ ਕੇਸ ਦੀ ਸੁਣਵਾਈ ਚੱਲ ਰਹੀ ਹੈਗੀ ਆ ਔਰ ਕੁਝ ਹੋਰ ਵੀ ਡਾਇਰੈਕਸ਼ਨ ਜਿਹੜੀਆਂ ਹੈਗੀਆਂ ਹਾਈ ਕੋਰਟ ਵੱਲੋਂ ਇਸ ਮਾਮਲੇ ਦੇ ਵਿੱਚ ਆ ਸਕਦੀਆਂ ਜੀ ਜੀ ਬਿਲਕੁਲ ਨੇਹਾ ਇਸ ਮੁੱਦੇ ਤੇ ਤੁਹਾਡੇ ਨਾਲ ਲਗਾਤਾਰ ਬਣੇ ਰਹਾਂਗੇ ਫਿਲਹਾਲ ਦੇ ਲਈ ਧੰਨਵਾਦ ਤੁਸੀਂ ਅੱਗੇ ਦੀ ਕਾਰਵਾਈ ਦੇ ਵਿੱਚ ਕੀ ਹੁੰਦਾ ਇਸ ਦੀ ਜਾਣਕਾਰੀ ਸਾਨੂੰ ਦਿੰਦੇ ਰਹਿਣਾ ਸੋ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਫਟਕਾਰ ਲਾਈ ਗਈ ਹੈ ਪੰਜਾਬ ਸਰਕਾਰ ਨੂੰ ਨਾਲੇ CBI ਤੇ ਪੰਜਾਬ ਪੁਲਿਸ ਨੂੰ ਵੀ ਤਾਲਮੇਲ ਬਣਾ ਕੇ ਕੰਮ ਕਰਨ ਦੀ ਹਦਾਇਤ ਦਿੱਤੀ ਹੈ ਅੱਗੇ ਵਧਿਆ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਇੱਕ ਵੱਡਾ ਬਿਆਨ ਆਇਆ ਸ਼ਰਾਬ ਮਾਫੀਆ ਦੇ ਮੁੱਦੇ ਤੇ CM ਖੱਟਰ ਨੇ ਬਿਆਨ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ ਇਸ ਦੌਰਾਨ ਫਤਿਹਾਬਾਦ ਵਿੱਚ ਸ਼ਰਾਬ ਮਾਫੀਆ ਤੇ ਲਗਾਮ ਲੱਗੇਗੀ CM ਖੱਟਰ ਨੇ ਬਿਆਨ ਦਿੱਤਾ ਇਸੇ ਤੇ CM ਖੱਟਰ ਨਾਲ ਖਾਸ ਗੱਲਬਾਤ ਕੀਤੀ ਹੈ ਸਾਡੇ ਸਹਿਯੋਗੀ ਪੰਕਜ ਕਪਾਹੀ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹਮਾਰੇ ਸਾਥ ਹੈ ਇਨਸੇ ਬਾਤ ਕਰਤੇ ਹੈ ਸਰ ਪਾਰਲੀਮੈਂਟ ਮੇਂ ਜਾ ਰਹੇ ਹੈ ਕਿਆ ਕੁਛ ਰਹਿਣ ਵਾਲਾ ਹੈ नहीं आज थोड़ा समय है तो इसलिए सेंट्रल हॉल में जाएंगे कुछ पुराने मित्र मिलेंगे और उनसे मिलने का ये कार्यक्रम है कोई औपचारिकता नहीं है सब अनौपचारिक कार्यक्रम के साथ से जा रहा हूँ फतेहाबाद में सर एक चुनौती बन गई है शराब माफिया को रोक लगाने के लिए किस तरह से अब इस पर नाकाम कसी जाएगी ये अब चुनौती बनी ऐसा नहीं है चुनौती तो बहुत सारे ऐसे विषय हैं जो पहले कभी जिनके ऊपर चेक नहीं किया गया और हमारे ध्यान में है उनको सबको हम चुनौती के रूप में ही लेके चल रहे हैं और इस प्रकार का कोई भी जो चाहे शराब माफिया हो चाहे ड्रग माफिया हो वो हमारे इस प्रदेश की नौजवान पीढ़ी को हम खराब नहीं होने देंगे और हर प्रकार के इसमें सुधारात्मक कार्यक्रम करेंगे अम्बाला में सर जिस तरह से घटना घटी है 15 लोगों की आंखें चली गई हैं उस पर अब किस तरह से कार्रवाई रहने वाली है स्वयं हमारे हेल्थ मिनिस्टर अनिल विज ने हॉस्पिटल जाकर के उनको सबको देखा है बातचीत हुई है डॉक्टर से भी हुई है और 3 लोगों की हमने कमेटी बनाई है उस कमेटी में छानबीन के बाद जो भी कोई दोषी पाया जाएगा उसके खिलाफ कार्रवाई करेंगे लेकिन कल की रिपोर्ट के हिसाब से जो प्रारंभिक रिपोर्ट है उसमें अभी इतनी ही बात ध्यान में आई है कि उनकी आँखें एकदम गई हैं ऐसा नहीं है नज़र वापस लौटने का आने का एक डॉक्टर्स ने आश्वासन दिया और मुझे लगता है सुधारात्मक काम होगा फिर भी किसी के खिलाफ कोई कार्रवाई करने की जरूरत पड़ेगी तो हम करेंगे
अगली खबर है पंजाब कांग्रेस के नवे प्रधान कैप्टन अमरिंदर सिंह दी, जिन्होंने पहली बार पंजाब दी धरती ते हुंकार भरी। कैप्टन अमरिंदर ने अपने हमले का आगाज गुरु की नगरी अमृतसर तो किया। श्री दरबार साहब अगे जाके सब तो पहला अज कैप्टन अमरिंदर सिंह ने सीस नवाया, गुरु दियां असीसां लईयां। उस तो बाद असीसां लैण दुर्गियाणा मंदिर विच भी गए कैप्टन अमरिंदर सिंह। कैप्टन वालों अकाली दल से तिखा हमला भी किया गया। उन्होंने 2017 दी चोणां दे लई कांग्रेस की जित का दावा किया। उन्होंने कहा कि अज चोणां होण तां बुरी तरह नाल अकाली दल हारेगा। नाल ही उन्होंने अकाली दल बीजेपी संबंधां ते भी चुटकी लई है ते कहा कि वह पति पत्नी वांग लड़दे रहिंदे ने। नाल ही उन्होंने आम आदमी पार्टी ते भी निशाना साध्या। उन्होंने कहा कि आम आदमी पार्टी उन्होंने लई कोई चुनौती नहीं है। तो कैप्टन अमरिंदर सिंह ने अमृतसर तो आगाज किया है पंजाब कांग्रेस के नवे प्रधान बनने तो बाद। कैप्टन अमरिंदर सिंह ने आज मीडिया के मुखातिब होंदे अमृतसर दे विच ऐलान किया कि वह 13 दिसंबर नूं बठिंडा विच रैली करनगे। उत्थे उन्हां दी ताजपोशी होएगी। नाल ही उन्होंने यह भी ऐलान किया कि इस तो बाद रैलियां राही नहीं सगों लोगों नाल मिल के प्रचार किया जाएगा। कैप्टन अमरिंदर ने अकाली दल ते बीजेपी के संबंधों ते भी चुटकी लई है। वह तो असी पहला ही अनाउंस की है, छोटे ने तो हूँ की है। अज एज यू नो सुखबीर बादल ने सानू चुनौती दी सी एंड वी एक्सेप्टेड दैट। आई थॉट असी दोनों चीज़ा उत्थे जोड़ लागे बड़ी तेजी का। बादल और बीजेपी इकट्ठे रहे ने, रहणगे या नहीं रहणगे, कदे कदे लड़ पैंदे ने कदे कदे नहीं लड़दे। जैसे मियाँ बीबी की लड़ाई है बस उही चलती रहती है। सो जिथे कैप्टन ने सुखबीर सिंह बादल दी चुनौती नू कबूल करदिया 13 दसंबर नू बठिंडा दी रैली दा ऐलान किया, उथे गठजोड़ दे मुद्दे ते भी अकाली दल ते बीजेपी ने भी कैप्टन ते निशाने लाए ने। उन्हां कहा कि ओह पहलां अपना घर वेखण। जिथों तक श्रोमणी अकाली दल ते बीजेपी दा संबंध है, साडे बड़े पुराने रिश्ते ने और हमेशा रहणगे और साडे नाल कोई साडी कोई झगड़ा नहीं लड़ाई नहीं। मेरा इस विषय ते इन्ना कहना है कि कैप्टन साहब नू अपना घर देखना चाहिए। भारतीय जनता पार्टी अकाली दल पिछले लंबे समय तो गठजोड़ दे विच सरकार भी चला रहे हैं और दोनों पार्टियां मिलकर काम भी कर रही हैं और इस वेले दोहां पार्टियां दीयां सद्भावना रैलियां चल रही हैं। तो प्रेस मिलनी दौरान कैप्टन अमरिंदर सिंह पंजाब सरकार दीयां नीतियां ते भी पंजाब सरकार दे कार्यकारां ते भी सवाल चुकना नहीं भुले। उन्होंने इन्वेस्टर सम्मेलन ते सवाल चुकदियां कहा कि इन्वेस्टमेंट मीट राही कोई पैसा नहीं आया ते पंजाब सरकार दा खजाना खाली है। कैप्टन वल्लों इन्वेस्टर सम्मेलन ते चुके सवालों का ढींसा ने भी जवाब दिता कि कहा कि कैप्टन पंजाब दा रिकॉर्ड देखण तां पता लग जाएगा। जैसे आ करदे ने अकाली इन्हां दा ओ what were they doing industrial the meet pata nahi kisi okay investor summit show me one man who put 1 rupee in india balal hai dene bade 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 naam but that's it investment ta auni hai auni shuru ho gayi aur mou sign ho gaye kaiyan ne kam shuru kar ditta hor kis tarah hunda hai ta hai nahi bhi ikko din 5 din ch lag jauga sara paisa after jinna ne koi factories launi hai inna ne kam shuru karne aur time ta lagega hi। उधर खाड़ी देशों में भारतीयों के हो रहे शोषण का मुद्दा अज पार्लीमेंट में भी गूंजा। आम आदमी पार्टी के मैंबर पार्लीमेंट भगवंत मान ने विदेश मंत्री सुषमा स्वराज तो सवाल पूछा कि सरकार इस वल की कदम चुक रही है। उधर सुषमा स्वराज ने कहा कि सरकार इस बारे खाड़ी देशों नाल गलबात कर रही है, इसका जल्द ही हल कढ़िया जाएगा। पंजाब से बहुत भारी संख्या में गल्फ कंट्रीज में जो पंजाबी काम करते हैं, जब इराक के मामले में काम किया था मैडम सुषमा स्वराज जी के साथ, इनको सब डिटेल पता है। तो मैं ये पूछना चाहता हूँ कि जैसा कि मंत्री महोदय ने अपने जवाब में कहा है कि वो पासपोर्ट रख लेते हैं, एक एजेंट दूसरे एजेंट को हैंड ओवर कर देता है जो भारतीय हैं उनको, तो जब किसी न किसी वजह से कोई बीमार हो जाए या किसी की मृत्यु हो जाए या कोई ना कोई जो कंपनी के चुंगल से बच जाते हैं, तो वो जब भारतीय दूतावास में संपर्क करते हैं तो उनको कहा जाता है कि आप एनओसी लेके आइए कंपनी से, तो कंपनी तो एनओसी देती नहीं। क्या ऐसा कोई प्रावधान हो सकता है विदेश मंत्रालय की तरफ से कि जो जख्मी हुए हैं या कंपनियों के चुंगल से बचकर निकल गए हैं उनको भारत में इमरजेंसी कार्ड पर वापस बुलाने की जो प्रावधान जो हो सके, तो ऐसा बता सकते हैं मंत्री? एनओसी मांगते हैं और हम लोग इसलिए इस पर बातचीत उनके साथ भी कर रहे हैं कि जिसके शोषण से निकलकर भागा है वो एनओसी कैसे देगा। तो इसलिए जो एमओयूज हम उनके साथ कर रहे हैं उन एमओयूज में बदलाव लाने की बात कर रहे हैं
वहाँ पर एक रूल है उनका अपना शरीयत का, जिस पर वो ये कहते हैं कि आप NOC ला करके दीजिए, लेकिन ये अपने आप में अन्याय है। और मैं उनकी बात से पूरी तरह सहमत हूँ कि जिसके शोषण के कारण से वापस आना चाह रहे हैं वो NOC कैसे देगा, उसके ऊपर हमारी बातचीत सऊदी अरब से। उधर सरबत खालसा दौरान सुरक्षा के मद्देनज़र पुलिस हिरासत में लए गए लोग मुश्किल हालात में ने। परिवार वाले ने पुलिस से ना सिर्फ परेशान करने का इल्जाम लाया बल्कि कोर्ट के आदेशों की उलंघना करने का भी इल्जाम लाया। सरबत खालसा के दौरान पुलिस वालों सुरक्षा के मद्देनज़र कई लोगों को हिरासत में लिया गया सी। पर पुलिस की एक कार्रवाई शक के घेरे में आ गई है। दरअसल अजिहे 11 लोगों के परिवारों ने पंजाब हरियाणा हाई कोर्ट में पटीशन दाखिल करके अपने परिवारक मैंबरों की रिहाई की मांग की है, जिसते अदालत ने पुलिस को सख्त हुक्म दिए ने। हालांकि 11 में 6 लोगों को रिहा किया जा चुका है जबकि 4 की रिहाई के हुक्म दिए जा चुके ने, पर एक शख्स अजे भी पुलिस हिरासत में है। लगभग 10 लोगों को राहत मिल गई है, बाकी 6 को रिलीज कर दिया है। हाँ। 4 को कल को रिलीज कर देंगे, ठीक है। 1 को भी शायद कल को रिलीज कर दें, बाकी हम कल और कर रहे हैं, लेट्स सी उनका फिट क्या होता है। इस मामले विच पीड़ित पक्ष के वकील ने पुलिस ते ए भी इल्जाम लाया है कि उन्होंने अपने क्लाइंट दे नाल मिल नहीं दिता जा रहा। जो मैंने 11 लोगों के लिए किया था, 3 पिटीशन की थी, 4 की तो इन पर्सन की थी, जिनको हमारे को लॉयर्स को भी जिनको मिलने नहीं दे रहे, फैमिली तो बहुत दूर की बात थी। सरबत खालसा ते भावें सियासत जारी है पर इस दे दौरान हिरासत विच लाए गए लोगों की सुध लैण वाला कोई नहीं है। पुलिस की मनमानी ते लापरवाह रवैये तो परेशान कई होर लोग भी हुण अदालत का रुख करन दा मन बना चुके ने। नेहा सलारिया दे नाल न्यूज़ डेस्क रिपोर्ट, जी मीडिया, चंडीगढ़। सरकारां उंज दा सिख्या दे मियार नूं उच्चा चुकण दे वड्डे वड्डे दावे करदियां ने, पर दूसरे पासे सरकारी स्कूलां विच पढ़दे गरीब बच्चियां नूं मिलण वालियां मुढलियां सहूलतां लई वी लंबा इंतजार करना पैंदा है। मुक्तसर तों रिपोर्ट देखदे आं। पिंडा ठार दी सवेर दी ठंड अते इस ठंड विच इह निक्के निक्के बाल स्कूल चले ने, पर ना तां सारिआं कोल पाउण नूं वर्दियां ने अते ना ही पैरां विच जुत्ते। ਇਹ ਤਸਵੀਰਾਂ ਸਰਬ ਸਿੱਖਿਆ ਅਭਿਆਨ ਦੇ ਤਹਿਤ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਮੁਫਤ ਵਰਦੀ ਦੀ ਸਹੂਲਤ ਦੇ ਦਾਅਵਿਆਂ ਦੀ ਹਵਾ ਕੱਢ ਰਹੀਆਂ ਨੇ। ਅਸੀਂ ਸਕੂਲ ਆਉਂਦੇ ਹਾਂ, ਸਾਡੇ ਕੋਲ ਵਰਦੀ ਹੈ ਨਹੀਂ, ਸਾਡੇ ਬੂਟ ਫਟੇ ਹੋਏ ਹਨ, ਸਾਡੀ ਪੜ੍ਹਾਈ ਖਰਾਬ ਹੋ ਰਹੀ ਹੈ। ਅਸੀਂ ਸਰਕਾਰ ਲਈ ਬੇਨਤੀ ਕਰਦੇ ਹਾਂ ਕਿ ਸਾਨੂੰ ਬੂਟ ਅਤੇ ਵਰਦੀਆਂ ਮਿਲਣ ਕਿ ਸਾਡੀ ਠੰਡ ਰੁਕ ਸਕੇ। ਇਸ ਵਾਰ ਸਾਨੂੰ ਵਰਦੀਆਂ ਨਹੀਂ ਮਿਲੀਆਂ, ਅਸੀਂ ਘਰੋਂ ਠੰਡ 'ਚ ਆਉਂਦੇ ਹਾਂ, ਅਸੀਂ ਕਿਤੇ ਨਾਲੇ ਸਾਡੀ ਵਰਦੀ ਫਟ ਗਈ ਹੈ। ਸਾਨੂੰ ਬੱਚਿਆਂ ਨੂੰ ਵਰਦੀ ਨਹੀਂ ਮਿਲੀ ਜੀ, ਸਾਲ ਤੋਂ ਪਿੱਛੇ ਪਿਛਲੇ ਸਾਲ ਵੀ ਨਹੀਂ ਸੀ ਜੀ, ਇਸ ਸਾਲ ਵੀ ਨਹੀਂ ਸੀ, ਗਰਮੀ ਵਾਲੀ ਵੀ ਨਹੀਂ ਮਿਲੀ ਸੀ। 3-4 ਸਾਲਾਂ ਤੋਂ ਤਾਂ ਵਰਦੀ ਜੀ ਮਿਲਦੀ ਸੀ, 38 ਸਾਲ ਜੀ ਵਰਦੀ ਨਾ ਬੂਟ ਜਰਾਤਾ ਕੁਛ ਨਹੀਂ ਆਏ ਜੀ। ਮੇਰੇ ਬੱਚੇ ਜੀ ਇੱਕ ਬਿਮਾਰ ਪਿਆ ਜੀ ਘਰੇ, ਡਾਕਟਰ ਨੇ ਕਿਹਾ ਵੀ ਠੰਡ ਲੱਗ ਗਈ ਹੈ ਇਹਨੂੰ, ਅੱਗੇ ਕੋਟੀਆਂ ਸਾਟਰ ਜੀ ਮਿਲਦੇ ਸੀ ਜੀ, ਹੁਣ ਉਹ ਵੀ ਨਹੀਂ ਦਿੰਦੇ। ਜ਼ਿਲ੍ਹਾ ਮੁਕਤਸਰ ਦੇ 551 ਸਰਕਾਰੀ ਸਕੂਲਾਂ ਵਿੱਚ 71,000 ਤੋਂ ਵੱਧ ਵਿਦਿਆਰਥੀ ਪੜ੍ਹਦੇ ਨੇ ਜਿਨ੍ਹਾਂ ਨੂੰ ਅਜੇ ਤੱਕ ਸਰਦੀਆਂ ਦੀ ਵਰਦੀ ਨਹੀਂ ਮਿਲੀ। ਸਕੂਲ ਪ੍ਰਸ਼ਾਸਨ ਵੀ ਵੱਧਦੀ ਠੰਡ ਦੇ ਨਾਲ ਨਾਲ ਵਿਦਿਆਰਥੀਆਂ ਦੀ ਘਟਦੀ ਹਾਜ਼ਰੀ ਤੋਂ ਪਰੇਸ਼ਾਨ ਨੇ। ਹੁਣ ਤੁਹਾਨੂੰ ਸਿੱਧਾ ਲੋਕ ਸਭਾ ਲੈ ਚੱਲਦੇ ਹਾਂ ਜਿੱਥੇ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਕਿਸਾਨਾਂ ਦੇ ਮੁੱਦੇ ਤੇ ਬੋਲ ਰਹੇ ਨੇ। ਤਮਿਲਨਾਡੂ ਕੇ ਫਲੱਡ ਕਾ ਔਰ ਹੈਦਰਾਬਾਦ ਕੇ ਔਰ ਅਤਰਾਫ ਕੇ ਲੋਗੋਂ ਕਾ ਤੋ ਇਸ ਮਾਮਲੇ ਮੈਂ ਆਪ ਸਭ ਕੋ ਯਕੀਨ ਦਿਲਾਤਾ ਹੂੰ, ਦਿਲਾਨਾ ਚਾਹਤਾ ਹੂੰ ਕਿ ਹਮ ਆਪਕੇ ਸਾਥ ਮੇਂ ਹੈ, ਪੂਰੇ ਮੁਲਕ ਕੇ ਆਪਕੀ ਹਮਦਰਦੀ ਆਪਕੇ ਸਾਥ ਮੇਂ ਹੈ ਔਰ ਗਵਰਨਮੈਂਟ ਆਫ ਇੰਡੀਆ ਕੋ ਜੋ ਵੀ ਉਹਨਾਂ ਨੇ ਡਿਮਾਂਡ ਕੀਤਾ ਹੈ ਉਹ ਪੂਰਾ ਕਰ। ਸੋ ਦੱਸ ਦਈਏ ਕਿ ਭਗਵੰਤ ਮਾਨ ਨੇ ਕਿਸਾਨਾਂ ਦਾ ਮੁੱਦਾ ਪਾਰਲੀਮੈਂਟ ਦੇ ਵਿੱਚ ਚੁੱਕਿਆ। ਦੱਸ ਦਈਏ ਕਿ ਕਿਸਾਨ ਪੰਜਾਬ ਦੇ ਕਿਸਾਨਾਂ ਦੀ ਬਰਬਾਦ ਹੋਈ ਜੋ ਫਸਲ ਨਰਮੇ ਦੀ ਫਸਲ ਬਰਬਾਦ ਹੋਈ ਹੈ ਉਸ ਬਾਰੇ ਉਹਨਾਂ ਨੇ ਗੱਲ ਮੁੱਦਾ ਚੁੱਕਿਆ, ਆਵਾਜ਼ ਉਠਾਈ, ਪੰਜਾਬ ਦੇ ਕਿਸਾਨਾਂ ਨੂੰ ਇਨਸਾਫ ਮਿਲੇ, ਯੋਗ ਮੁਆਵਜ਼ਾ ਮਿਲੇ, ਇਸ ਦੇ ਲਈ ਭਗਵੰਤ ਮਾਨ ਨੇ ਪਾਰਲੀਮੈਂਟ 'ਚ ਬੋਲਿਆ। ਅੱਗੇ ਵਧਦਿਆਂ ਦੇਸ਼ ਦਾ ਭਵਿੱਖ ਸਿਹਤਮੰਦ ਰਹੇ ਇਸ ਲਈ ਮਿਡ ਡੇ ਮੀਲ ਦੀ ਸ਼ੁਰੂਆਤ ਕੀਤੀ ਗਈ, ਪਰ ਜਦੋਂ ਇਹ ਮਿਡ ਡੇ ਮੀਲ ਹੀ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰਨ ਲੱਗੇ ਤਾਂ ਸਵਾਲ ਉੱਠਣੇ ਲਾਜ਼ਮੀ ਨੇ। ਮਲੇਰਕੋਟਲਾ ਵਿੱਚ ਜਦੋਂ ਬੱਚਿਆਂ ਨੂੰ ਕੀੜਿਆਂ ਵਾਲਾ ਦਲੀਆ ਪਰੋਸਿਆ ਗਿਆ ਤਾਂ ਫਿਰ ਬੱਚਿਆਂ ਦੀਆਂ ਮਾਵਾਂ ਨੇ ਮੋਰਚਾ ਸੰਭਾਲਿਆ। ਖਾਣੇ ਦੀ ਪਲੇਟ 'ਚ ਕੀੜੇ, ਸੋਚੋ ਜਿਸ ਦੇ ਪੇਟ 'ਚ ਕੀੜਿਆਂ ਨਾਲ ਭਰਿਆ ਖਾਣਾ ਜਾਵੇਗਾ ਉਸ ਦਾ ਕੀ ਹਾਲ ਹੋਵੇਗਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਖਾਣਾ ਨੰਨੇ ਮੁੰਨਿਆਂ ਲਈ ਤਿਆਰ ਕੀਤਾ ਗਿਆ ਸੀ। ਜੀ ਹਾਂ, ਹੱਥ 'ਚ ਖਾਣੇ ਦੀਆਂ ਪਲੇਟਾਂ ਫੜੀਆਂ ਇਹ ਮਾਵਾਂ ਕਾਰਵਾਈ ਦੀ ਮੰਗ ਕਰ ਰਹੀਆਂ ਨੇ ਉਹਨਾਂ ਮੁਲਾਜ਼ਮਾਂ ਖਿਲਾਫ਼ ਜਿਨ੍ਹਾਂ ਨੇ ਖਾਣਾ ਪਰੋਸਣ ਵੇਲੇ ਅੱਖਾਂ ਵਿੱਚ ਲਈਆਂ ਸਨ। ਜੀ ਹਾਂ, ਕਿਉਂਕਿ ਮਿਡ ਡੇ ਮੀਲ ਦਾ ਇਹ ਖਾਣਾ ਬੱਚਿਆਂ ਨੂੰ ਪਰੋਸਿਆ ਜਾ ਰਿਹਾ ਸੀ ਅਤੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ।
ਮਲੇਰਕੋਟਲਾ ਦੇ ਆਂਗਨਵਾੜੀ ਸੈਂਟਰ 'ਚ ਐਸਾ ਖਾਣਾ ਆਪਣੇ ਬੱਚਿਆਂ ਨੂੰ ਮਿਲਦਾ ਵੇ ਮਾਪਿਆਂ ਦਾ ਗੁੱਸੇ 'ਚ ਆਉਣਾ ਸੁਭਾਵਿਕ ਸੀ। ਜਦ ਆਂਗਨਵਾੜੀ ਮੁਲਾਜ਼ਮਾਂ ਖਿਲਾਫ਼ ਮਾਪਿਆਂ ਦਾ ਗੁੱਸਾ ਵਧਿਆ ਤਾਂ ਮੁਲਾਜ਼ਮ ਸੈਂਟਰ ਨੂੰ ਹੀ ਤਾਲਾ ਝੜ ਚੱਲਦੇ ਬਣੇ। ਦਲੀਆ ਉਹਨਾਂ ਨੇ ਆਂਗਣਵਾੜੀ ਵਾਲਿਆਂ ਨੂੰ ਦਲੀਆ ਬੱਚਿਆਂ ਨੂੰ ਦਿੱਤਾ, ਉਹਦੇ ਵਿੱਚ ਐਡੇ ਐਡੇ ਸੁੰਡ ਨੇ, ਦੱਸੋ ਬੱਚੇ ਸਾਡੇ ਮਾਰਨੇ ਨੇ ਦਲੀਆ ਦੇ ਵਿੱਚ ਦੇਖਿਆ ਤਾਂ ਐਡੇ ਐਡੇ ਸੁੰਡ। ਇੱਕ ਦਿਨ ਅੱਗੇ ਵੀ ਅੱਗੇ ਨਿਕਲੇ ਸੀਗੇ ਸੁੰਡ, ਉਸ ਦਿਨ ਅਸੀਂ ਚੁੱਪ ਕਰ ਗਏ, ਅੱਜ ਦੁਬਾਰਾ ਗਏ, ਅੱਜ ਵੀ ਐਡੇ ਐਡੇ ਸੁੰਡ ਨਿਕਲੇ, ਇਸ ਤਰ੍ਹਾਂ ਦਾ ਬੱਚੇ ਬਿਮਾਰ ਹੋ ਜਾਣਗੇ। ਇਸ ਮਾਮਲੇ ਬਾਰੇ ਸੀਡੀਪੀਓ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਸ਼ਹਿਰ ਤੋਂ ਬਾਹਰ ਸਨ, ਜਿਸ ਤੋਂ ਬਾਅਦ ਮਲੇਰਕੋਟਾ ਦੇ ਤਹਿਸੀਲਦਾਰ ਨੂੰ ਇਸ ਬਾਰੇ ਜਾਣੂ ਕਰਵਾਇਆ ਗਿਆ ਤਾਂ ਉਹਨਾਂ ਨੇ ਜਾਂਚ ਦੀ ਗੱਲ ਕਹੀ ਹੈ। ਮਿਡ ਡੇ ਮੀਲ ਦੇ ਵਿੱਚ ਦਲੀਆ ਸਪਲਾਈ ਕੀਤਾ ਜਾਂਦਾ, ਉਹਦੀ ਕੁਆਲਿਟੀ ਦੇ ਵਿੱਚ ਖਰਾਬੀ ਹੈ ਅਤੇ ਜੇਕਰ ਅਸੀਂ ਸੰਬੰਧਿਤ ਮਹਿਕਮੇ ਤੋਂ ਇੰਸਪੈਕਸ਼ਨ ਕਰਵਾਵਾਂਗੇ, ਜੇਕਰ ਕੋਈ ਉਹਦੇ ਵਿੱਚ ਕੁਆਲਿਟੀ ਦੇ ਵਿੱਚ ਖਰਾਬੀ ਨਿਕਲੀ ਤਾਂ ਜਿਹੜਾ ਜ਼ਿੰਮੇਵਾਰ ਅਧਿਕਾਰੀ ਹੋਊਗਾ ਉਹਦੇ ਖਿਲਾਫ਼ ਕਾਰਵਾਈ ਲਈ ਸਿਫਾਰਸ਼ ਕਰਾਂਗੇ। ਦੇਸ਼ ਦਾ ਭਵਿੱਖ ਕਹੀ ਜਾਂਦੇ ਨੰਨੇ ਮੁੰਨਿਆਂ 'ਚ ਕੁਪੋਸ਼ਣ ਨੂੰ ਦੂਰ ਕਰਨ ਦੇ ਲਈ ਮਿਡ ਡੇ ਮੀਲ ਦੀ ਸ਼ੁਰੂਆਤ ਹੋਈ, ਪਰ ਐਸਾ ਖਾਣਾ ਉਹਨਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ। ਆਖਿਰ ਕਦੋਂ ਦਰੁਸਤ ਹੋਵੇਗਾ ਸਿਸਟਮ, ਕਿਉਂਕਿ ਇਸ ਤੋਂ ਪਹਿਲਾਂ ਵੀ ਮਿਡ ਡੇ ਮੀਲ 'ਚ ਕੁਤਾਹੀ ਦੇ ਦਰਜਨਾ ਮਾਮਲੇ ਸਾਹਮਣੇ ਆ ਚੁੱਕੇ ਨੇ। ਸ਼ੇਖ ਕਰਾਰ ਹੁਸੈਨ ਦੇ ਨਾਲ ਬਿਊਰੋ ਰਿਪੋਰਟ, ਸੀ ਮੀਡੀਆ, ਮਲੇਰਕੋਟਲਾ। ਸਟੇਟ ਸਪੈਸ਼ਲ ਦੀਆਂ ਖਬਰਾਂ ਫਿਲਹਾਲ ਲਈ ਇੱਥੇ ਮੁੱਕਦੀਆਂ ਨੇ, ਪਰ ਖਬਰਾਂ ਸੰਬੰਧੀ ਕੋਈ ਵੀ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸਾਡਾ ਈਮੇਲ ਪਤਾ ਹੈ editorpunjabi@zmedia.slgroup.com। ਤੁਸੀਂ ਸਾਨੂੰ ਆਨਲਾਈਨ ਵੀ ਦੇਖ ਸਕਦੇ ਹੋ zpunjab.com ਦੇ ਜ਼ਰੀਏ। ਫੇਸਬੁੱਕ ਪੇਜ ਹੈ ਜ਼ੀ ਪੰਜਾਬ ਹਰਿਆਣਾ ਹਿਮਾਚਲ, ਤੁਸੀਂ ਲਾਈਕ ਤੇ ਸ਼ੇਅਰ ਕਰ ਸਕਦੇ ਹੋ, ਤੁਸੀਂ ਟਵੀਟ ਵੀ ਕਰ ਸਕਦੇ ਹੋ @zpunjab#zphs ਦੇ ਨਾਲ। ਫਿਲਹਾਲ ਮੈਨੂੰ ਦੇ ਇਜਾਜ਼ਤ, ਧੰਨਵਾਦ।